ਸੰਸਾਰ ਵਿੱਚ ਕੁਝ ਵੀ ਜਦੋਂ ਜੈਦ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਜਿਹੜੀਆਂ ਸਹੂਲਤਾਂ ਤੇ ਆਜ਼ਾਦੀਆਂ ਅਸੀਂ ਮੰਨ ਰਹੇ ਹਾਂ ਉਹ ਲੰਮੇ ਸੰਘਰਸ਼ਾਂ ਉਪਰੰਤ ਹੀ ਪ੍ਰਾਪਤ ਹੋਈਆਂ ਹਨ ਅਮਰੀਕਾ ਵਿੱਚ ਅਫਰੀਕਨ ਮੂਲ ਦੇ ਲੋਕਾਂ ਨੂੰ ਸੰਵਿਧਾਨ ਦੀ 15ਵੀਂ ਸੋਧ ਨਾਲ ਵੋਟ ਦਾ ਅਧਿਕਾਰ ਮਿਲ ਗਿਆ ਸੀ ਪਰ ਸ਼ਰਤਾਂ ਇੰਨੀਆਂ ਕਰੜੀਆਂ ਸਨ ਕਿ ਕੋਈ ਵੀ ਕਾਲਾ ਵਿਅਕਤੀ ਵੋਟ ਨਹੀਂ ਸੀ ਪਾ ਸਕਦਾ ਉਦਾਹਰਨ ਵਜੋਂ ਵੋਟਰ ਬਣਨ ਲਈ ਉਸ ਕੋਲ 40 ਏਕੜ ਜ਼ਮੀਨ ਹੋਣੀ ਚਾਹੀਦੀ ਸੀ ਉਪੜਿਆ ਲਿਖਿਆ ਹੋਣਾ ਚਾਹੀਦਾ ਸੀ ਉਸ ਵਿੱਚ ਅਮਰੀਕਨ ਸੰਵਿਧਾਨ ਦੇ ਅਰਥ ਦੱਸਣ ਦੀ ਯੋਗਤਾ ਹੋਣੀ ਚਾਹੀਦੀ ਸੀ ਉਹ ਇੱਜ਼ਤਦਾਰ ਵਿਅਕਤੀ ਹੋਣਾ ਚਾਹੀਦਾ ਸੀ ਉਹਦੇ ਚੰਗੇ ਚਰਿੱਤਰ ਦੇ ਦੋ ਗਵਾਹ ਹੋਣੇ ਚਾਹੀਦੇ ਸਨ ਜਿਹੜੇ ਆਪ ਵੋਟਰ ਹੋਣੇ ਚਾਹੀਦੇ ਸਨ ਇਹਨਾਂ ਯੋਗਤਾਵਾਂ ਦੀਆਂ ਸ਼ਰਤਾਂ ਨੇ ਕਿਸੇ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਨਾ ਮੰਨਣ ਦਿੱਤਾ ਮਾਰਟਨ ਲੂਥਰ ਕਿੰਗ ਦੀਆਂ ਕੁਰਬਾਨੀਆਂ ਨਾਲ 1965 ਵਿੱਚ ਇਹ ਸ਼ਰਤਾ ਮਨਸੂਖ ਕੀਤੀਆਂ ਗਈਆਂ ਤੇ ਨਾ ਅਧਿਕਾਰਨ ਸਦਕਾ 2008 ਵਿੱਚ ਅਮਰੀਕਾ ਦੇ ਇਤਿਹਾਸ ਵਿੱਚ ਪਹਿਲਾ ਕਾਲਾ ਵਿਅਕਤੀ ਰਾਸ਼ਟਰਪਤੀ ਬਣਨ ਵਿੱਚ ਸਫਲ ਹੋਇਆ ਧੰਨਵਾਦ